डेयरी विकास बोर्ड का मोहाली मोहाली उन्होंने नंबर दे दो हरेक ट्रेनिंग बारे पुछना एक महीने की ट्रेनिंग होंगी जो तुम 15 दिन ही करनी HF गां कामयाब हो गए नहीं फेल हो रखनी ਹਾਂਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਤੇ ਆਪਾਂ ਪਿਛਲੀ ਵਾਰ ਆਏ ਸੀਗੇ ਆਹੀ ਫਾਰਮ ਦੇ ਉੱਤੇ ਅਤੇ ਉਦੋਂ ਸ਼ੈੱਡ ਪਈ ਜਾਂਦਾ ਸੀਗਾ ਮੀਨਸ ਅਤੇ ਉਦੋਂ ਤੁਹਾਨੂੰ ਆਪਾਂ ਕਹਿ ਗਏ ਸੀ ਵੀ ਜਦੋਂ ਬਾਈ ਗਾਈਆਂ ਲਿਆ ਆ ਹੈ ਨਾ ਅਤੇ ਵੀ ਸ਼ੈੱਡ ਪਾ ਲਿਆ ਉਦੋਂ ਆਪਾਂ ਦੁਬਾਰੇ ਵੀਡੀਓ ਕਰਾਂਗੇ ਅਤੇ ਹੁਣ ਬਾਈ ਸਾਰਾ ਕੁਝ ਕੰਪਲੀਟ ਹੋ ਚੁੱਕਿਆ ਅਤੇ ਸੋ ਹੁਣ ਆਪਾਂ ਵੀਡੀਓ ਸਟਾਰਟ ਕਰ ਚੱਲਦੇ ਹਾਂ ਅਤੇ ਆਓ ਮੇਰੇ ਪਿੱਛੇ ਪਿੱਛੇ ट्रैक्टर ट्रूटर बाई अर्गे तो पूरे ही काम बधाई बैठे आ हले मैंने लगता कुछ काम चली जाता गा सारा जी आप कह दिए ना सारा कंप्लीट होया टोटल कंप्लीट नहीं होया कुछ काम हले चल रहा गा तो एक थोड़ा जहा ना ट्रैक्टर की आवाज़ करके सॉरी माड़ी जी बेचों बैकग्राउंड साउंड आनगियाँ तो थोड़ा मैनेज कर लियो आ जाओ देखो बई सारा फार्म तुम देख सकते हो अगे तो इतने मिट्टी मुट्टी सही नहीं की सी हूँ सारा पद्धर करता मतलब ला के क्रास क्रू जिन्ना भी है ना तो साइडा के बाड़ ला दी दूजी जी फौजियां लगी होंगी हैगी चीज़ा ला दी साइडा से सारा वो करता देखो डिग्गी पट्टी आंदा बई अर्गे इतने जी इन्ह की मतलब छोटी डिग्गी सी यो आ गई बई तो इन्होंने हूँ बड़ा इतने पूल जहा बना लिया एक तरह तो वो थोड़ा पिछली वीडियो दिखाया कि हूँ मतलब कंप्लीट हो गया वह भी तुम्हें दिखावे तो हम आ जाओ भाई आप बाई ना गलबात करते हैं चल के डिगी बई सारी पटती चाचे हरगिया ने देखो चाचे हरगिया तो चज का काम होया नहीं ए भाई ओह सी भी पट्टी जानी सी थोड़ा पता साबती तो निकलनी नहीं सी डिगी चल ए भी बहुत कोशिश करके तड़के दे लगे पे बेचारे तो डिगी कढ़ ही ली इन्होंने और बहुत ज़्यादा मेहनत कर रहे हार्ड वर्क तो आ जाओ अगे हाँ बाड़ बूट सारी ऐ ला दी देखो तुम बई अर्गिया ने तो बाड़ बूट ला के मतलब जानवर अंदर करते वो सारे हूँ क्योंकि जड़िया मतलब कहते होंगे ये अमरीकन गाव गई ना ये बई खुलियां नहीं आप मतलब बन नहीं सकते इन्हों सोरे वे संगल ना जो कहने वह आप चैन इनू बन नहीं सकते गे तो जो आप बनते हैं फिर बहुत फर्क पैंदा इन्हां दे दुध ते भी तो गाह मतलब बहुत ज़्यादा इफेक्ट पैंदा जिवें बई पिछली वीडियो आप दसते हैं तो एक बार आप हम कन्फर्म करा बई तो भी की चक्कर आ सारा कुछ तो तुम हम देख सकते हो सारे पशु खुले पे है हले हले थोड़े आ होर भी लियाने गए
ਆਜੋ ਇੱਧਰ ਦਿਖਾ ਦਿੰਦੇ ਆ ਬਾਈ ਬਾਈ ਵੀ ਆ ਗਿਆ ਉਹ ਬਾਈ ਕੀ ਹਾਲ ਆ ਜੀ ਵਧੀਆ ਜੀ ਤੁਸੀਂ ਦੱਸੋ ਕਿਵੇਂ ਆ ਵਧੀਆ ਜੀ ਵਧੀਆ ਹੋਰ ਕੀ ਬਣਦਾ ਠੀਕ ਹੈ ਜੀ ਘਰ ਪਰਿਵਾਰ ਵਧੀਆ ਜੀ ਹੁਣ ਧਾਰ ਕੱਢ ਰਹੇ ਹੋ ਹਾਂਜੀ ਧਾਰਾਂ ਦਾ ਟਾਈਮ ਧਾਰਾਂ ਦਾ ਟਾਈਮ ਉਹ ਮਸ਼ੀਨ ਬਾਈ ਜਿਵੇਂ ਬਾਈ ਦੱਸਦਾ ਸੀਗਾ ਆਪਣੀ ਇਹ ਬਾਈ ਕਿਹੜੀ ਮਸ਼ੀਨ ਹੈਗੀ ਇਹ ਪੁਰਾਣੀ ਆ ਅੱਛਾ ਅੱਛਾ ਕੋਸਲਾ ਟੈਕ ਦੀ ਆਪਾਂ ਨਵੀਂ ਵੀ ਮੰਗਾਈ ਆ ਹਾਂ ਹਾਂ ਉਹ ਆਪਣੇ ਕੋਲੇ ਪਹੁੰਚ ਗਈ ਬੈਕਸਨ ਦੀ ਬੈਕਸਨ ਦੀ ਬੈਕਸਨ ਕੰਪਨੀ ਆ ਠੀਕ ਆ ਬਾਈ ਤੇ ਉਹ ਮਤਲਬ ਕਿੰਨੇ ਤੇ ਉਸ ਬਾਈ ਦੇ ਲੱਗ ਲੱਗ ਗਈ ਆਪਣੇ ਕੋਲ ਪੁਰਾਣੀ ਆ ਹਾਂ ਇਹ ਸਾਲ ਹੋ ਗਿਆ ਲੱਗੀ ਨੂੰ ਠੀਕ ਹੈ ਜੀ ਤੇ ਜਿਹੜੀ ਉਹ ਦੂਜੀ ਮੰਗਾਈ ਆ ਹਾਂ ਹਾਂ ਉਹ ਆਪਾਂ ਚਾਰ ਵਾਲੀ ਉਹ ਚਾਰ ਇਕੱਠੀਆਂ 14 ਦੀ ਆ ਠੀਕ ਆ ਚਾਰ ਮੈਸਾਂ ਉਹ ਮਤਲਬ ਚਾਰ ਗਾਈਆਂ ਚਾਰ ਗਾਈਆਂ ਦੇ ਇਕੱਠਿਆਂ ਦੇ ਲੱਗ ਜਾਂਦੀ ਆ ਠੀਕ ਹੈ ਜੀ ਠੀਕ ਹੈ ਕਿੰਨੀਆਂ ਮਤਲਬ ਬਾਈ ਪੈਪਾਂ ਹੋਣਗੇ 16 ਪੈਪਾਂ ਕਿ 20 ਪੈਪਾਂ ਹੋਣਗੀਆਂ ਉਹਦੇ ਵਿੱਚ ਨਹੀਂ ਚਾਰ ਹੀ ਹੁੰਦੀਆਂ ਨੇ ਅੱਛਾ ਅੱਛਾ ਉਹ ਦੱਤੇ ਦਾ 6 ਹੁੰਦੇ ਆ ਵੀ ਚਾਰ ਇਕੱਠੀਆਂ ਚੱਲ ਸਕਦੇ ਆ ਠੀਕ ਹੈ ਠੀਕ ਹੈ ਚਾਰ ਇਕੱਠੀਆਂ ਚੱਲ ਸਕਦੇ ਤੇ ਇਹਦੇ ਬਾਈ ਕਿੰਨੀਆਂ ਚੱਲਦੀਆਂ ਇਕੱਠੀਆਂ ਇਹਦੇ ਇੱਕੋ ਹੀ ਚੱਲਦੀ ਆ ਇਹ ਸਿੰਗਲ ਵਾਲੀ ਆ ਠੀਕ ਹੈ ਆਪਣੇ ਕੋਲ ਇਹੋ ਕਿਹੜੀ ਫਿਟਿੰਗ ਕਰਨ ਵਾਲੀ ਰਹਿੰਦੀ ਆ ਆਪਾਂ ਬਸ ਉਹ ਇੱਕ ਦੋ ਨਾਲ ਤੇ ਬਾਈ ਇਹਦੇ ਬਾਰੇ ਅਸੀਂ ਤੁਹਾਨੂੰ ਮਾੜਾ ਜਿਹਾ ਪੁੱਛਾਂਗੇ ਮਸ਼ੀਨ ਬਾਰੇ ਵੀ ਬਾਈ ਇਹ ਮਤਲਬ ਕਹਿੰਦੇ ਹੁੰਦੇ ਆ ਕਿੰਨੇ ਦੀ ਤੁਸੀਂ ਲਿਆਂਦੀ ਸੀ ਤੇ ਕਦੋਂ ਤੁਸੀਂ ਇਹ ਲਿਆਂਦੀ ਸੀਗੀ ਮਤਲਬ ਇਹ ਆਪਾਂ ਲਿਆਂਦੇ ਸੀ ਵੀਰੇ ਬਸ ਸਾਲ ਹੋਣ ਵਾਲੀ ਆ ਮਾਰਚ 'ਚ ਲਿਆਂਦੀ ਸੀ ਆਪਾਂ ਅੱਛਾ ਅੱਛਾ ਮਾਰਚ 'ਚ ਲਿਆਂਦੀ ਸੀ ਬਸ 2022 'ਚ ਠੀਕ ਹੈ ਜੀ ਤੇ ਬਸ ਸਾਲ ਹੋਣ ਵਾਲੀ ਆ ਤੇ ਬਾਈ ਇਹਦੇ ਤੇ ਕੋਈ ਆਪਣੀ ਸਬਸਿਡੀ ਵਗੈਰਾ ਜਾਂ ਸਬਸਿਡੀ 25,000 ਯਾਰ ਕੋਈ ਬਾਕੀ ਲੈ ਲਓ ਇਹ ਸਬਸਿਡੀ ਕੱਟ ਕੇ ਪੈਂਦੇ ਆ ਹੋਰ ਬਾਈ ਆਪਣਾ 10 ਮਿੰਟ ਲੈਂਦੀ ਆ ਲਾਸਟ ਕਿੰਨੇ ਟਾਈਮ 7-8 ਮਿੰਟ ਲਾ 7-8 ਮਿੰਟ ਚ ਉਹ ਕਰ ਦਿੰਦੀ ਆ ਮੈਂ ਇੱਕ ਪਸ਼ੂ ਠੀਕ ਹੈ ਜੀ ਠੀਕ ਹੈ ਜਦੋਂ ਫਿਰ ਚਾਰ ਤੇ ਚਾਰ ਇਕੱਠੀਆਂ ਲੱਗਦੀਆਂ ਹਾਂ ਹਾਂ ਇੱਕ ਨਿਕਲਦੀ ਆ ਉਹਦੇ ਚਾਰ ਇਕੱਠੀਆਂ ਨਿਕਲ ਜਾਂਦਾ ਉਦੋਂ ਫਿਰ ਵੱਧ ਕੰਮ ਖਿੱਚਿਆ ਜਾਇਆ ਕਰੂ ਤੇ ਬਾਈ ਹੁਣ ਆਪਾਂ ਇਹ ਗਾਵਾਂ ਕਿੰਨੀਆਂ ਆਪਣੇ ਕੋਲੇ ਇੱਥੇ ਆਪਣੇ ਕੋਲੇ ਬਸ ਟੋਟਲ 24-25 ਕਰਨੇ ਹੁੰਦੇ 24-25 ਠੀਕ ਹੈ ਜੀ ਠੀਕ ਹੈ ਤੇ ਵਧਾਉਣ ਵਾਲੀ ਸੋਚਿਆ ਵੀ ਆਪਾਂ ਬੱਚਿਆਂ ਨੇ ਡੈਨਮਾਰਕ ਦੀਆਂ ਠੀਕ ਹੈ ਜੀ ਡੈਨਮਾਰਕ ਚੰਗੀ ਟੋਪ ਦੀ ਬੱਚੀ 40-50 ਹਜ਼ਾਰ ਤੋਂ ਘੱਟ ਹੈ ਨੀ ਮਤਲਬ ਅੱਛਾ ਨਵੀਂ ਵੀ ਜਿਸ ਦਿਨ ਜਨਮ ਲੈ ਲਓ 50,000 ਦੀ ਬੱਚੀ ਆ ਫਾਰਮ ਦੀ ਟੌਪ ਕੁਆਲਿਟੀ ਹੈ ਜਿਹੜੀ ਠੀਕ ਹੈ ਜੀ ਕਿਉਂਕਿ ਇਹਨਾਂ ਦੀ ਮਦਰ ਥੱਲੇ ਆਪਣੇ ਕੋਲੇ ਜਿਹੜੀ ਮਦਰ ਇਹਨਾਂ ਦੀ ਕਿਸੇ ਥੱਲੇ 45 ਕਿਲੋ ਆ ਦੁੱਧ ਕਿਸੇ ਥੱਲੇ 40 ਕਿਲੋ ਦੁੱਧ ਆ ਠੀਕ ਹੈ ਠੀਕ ਹੈ ਇਹਦੀ ਮਦਰ ਥੱਲੇ 50 ਕਿਲੋ ਇਹ ਕਾਸ਼ ਦੀਪ ਆ ਦਿਖਾ ਬਾਈ ਕੈਮਰਾਮੈਨ ਮਾੜਾ ਜਿਹਾ ਇਹਦੀ ਮਦਰ ਥੱਲੇ 50 ਕਿਲੋ ਦੁੱਧ ਹੈ ਕਾਸ਼ ਦੀਪ ਦੀ ਆ ਤੇ ਬਾਈ ਇਹ ਕਿਵੇਂ ਆਏ ਮਤਲਬ ਪੱਲੀਆਂ ਲਾ ਕੇ ਇਹ ਬਾਈ ਬਿਮਾਰ ਸੀ ਥੋੜੀ ਜੀ ਆ ਠੀਕ ਹੈ ਬਾਈ ਕਰਾ ਲਿਆ ਟ੍ਰੀਟਮੈਂਟ ਹਾਂ ਆਪ ਟੀਕੇ ਲਾਉਣੇ ਹੁੰਦੇ ਆ ਪਤਾ ਠੀਕ ਹੈ ਜੀ ਠੀਕ ਹੈ ਤੇ ਮਾੜਾ ਜਿਹਾ ਬਾਈ ਉਹ ਵੀ ਜਾਨਵਰ ਦਿਖਾ ਦੇ ਵੀ ਕੀ ਚੱਕਰ ਉਧਰ ਹੋ ਰਿਹਾ ਬੱਚਾ ਹੱਲੇ ਆਪਣੇ ਕੋਲੇ ਕਿਹੜੇ ਹੈਗਾ ਕੀ ਕਹਿ ਸਕਦੇ ਆ ਯਾਰ ਪਪੇਰੀ ਆ ਨਾ ਡਾਲਰ ਰੱਖਿਆ ਹੋਇਆ ਇਹਦਾ ਨਾ ਡਾਲਰ ਆ ਜਾ ਦਿਖਾ ਲਈ ਵੀ ਮਾੜਾ ਜਿਹਾ ਬਈ ਉਹ ਮਤਲਬ ਵੱਢਦੀ ਨਹੀਂ ਉਹ ਮੇਰੇ ਇਹ ਛੇਰ ਆ ਜੇ ਠੀਕ ਹੈ ਜੀ ਲੱਗਦਾ ਇਹ ਵੀ ਕਿੰਨੇ ਦਾ ਪਏ ਅਸੀਂ ਆਪਾਂ ਇਹ ਆਪਾਂ 4200 ਦਾ ਲੈਂਦਾ ਜੀ 4200 ਦਾ ਜੀ ਠੀਕ ਹੈ ਬਾਈ ਕੀ ਹੋ ਰਿਹਾ ਸੀਗਾ ਵਾ ਤੇ ਆਪਣਾ ਇਹ ਕਿਹੜੀ ਜਗ੍ਹਾ ਹੈਗਾ ਕੀ ਨਾਂ ਹੈਗਾ ਕੁੱਤੇ ਦਾ ਨਾਂ ਡਾਲਰ ਉਹ ਪਪੇਰੀਅਨ ਕਹਿੰਦੇ ਨੇ ਪਪੇਰੀਅਨ ਕਹਿੰਦੇ ਆ ਕਿਹੜਾ ਆਹ ਬਈ ਆਪਣਾ ਇਹ ਆਪਣਾ ਹੈਗਾ ਦੂਜਾ ਗੋਲਡਨ ਰਿਟਰੀਵਰ ਗੋਲਡਨ ਰਿਟਰੀਵਰ ਤੇ ਭਾਈ ਤੁਸੀਂ ਕਿੰਨੇ ਦਾ ਲੈਤਾ ਸੀਗਾ ਉਹ ਆਪੇ ਲੈਤਾ ਸੀਗਾ 12,000 ਸਹੀ ਠੀਕ ਹੈ ਤੇ ਹੁਣ ਮਾੜਾ ਜਿਹਾ ਇਹਦੇ ਬਾਰੇ ਵੀ ਦੱਸ ਦਿਓ ਭਾਈ ਇਹ ਹੈਗਾ ਅਲੀ ਸ਼ੇਸ਼ਨ ਦਿਖਾ ਦੇ ਵੀ ਮਾੜਾ ਜਿਹਾ ਉੱਧਰ
ਅਲੀ ਸਟੇਸ਼ਨ ਠੀਕ ਹੈ ਜੀ ਰਾਖੀ ਬਹੁਤ ਰਾਤ ਨੂੰ ਰਾਖੀ ਬਾਈ ਯਾਰ ਇਹ ਮਤਲਬ ਪੁਲਿਸ ਵਾਲਿਆਂ ਕੋਲੇ ਕਿੰਨਾ ਕੋਲੇ ਹੁੰਦਾ ਨਾ ਮੈਨੂੰ ਹਿਸਾਬ ਨਾਲ ਇਹ ਫੌਜ ਕੋਲੇ ਹੁੰਦਾ ਫੌਜ ਕੋਲੇ ਠੀਕ ਹੈ ਜੀ ਠੀਕ ਹੈ ਜਰਮਨ ਹੋਇਆ ਇਹ ਹੋਇਆ ਹਾਂ ਹਾਂ ਸੈਂਟ ਬਰਨਾਰਡ ਹਾਂ ਲੈਬਰੇ ਸੌਰੀ ਬਾਈ ਸੌਰੀ ਤੁਹਾਨੂੰ ਥੋੜਾ ਜਿਹਾ ਨੌਲੇਜ ਘੱਟ ਆ ਦੇਖੋ ਫੜਿਆ ਨਹੀਂ ਜਾਂਦਾ ਬਾਈ ਇਹ ਚੱਕਰ ਹੁੰਦਾ ਬਾਈ ਕਹਿੰਦਾ ਮਾੜਾ ਜਿਹਾ ਗੋਦੀ ਚੱਕ ਕੇ ਤੁਹਾਨੂੰ ਸਮਾਰ ਕੀ ਦਿਖਾ ਦਾਂਗੇ ਚੱਕ ਹੀ ਲਿਆ ਫਿਰ ਹੈਂ ਇਹ ਛੱਡ ਦਿੰਦੇ ਕਰੂਗਾ ਧਾਰਾਂ ਪਰ ਪਸ਼ੂਆਂ 'ਚ ਜਾਊਗਾ ਇਹ ਜਿਵੇਂ ਬਾਈ ਆਪਾਂ ਦੇਖੋ ਪਹਿਲਾਂ ਆਏ ਸੀਗੇ ਤਾਂ ਜਮੀ ਕੁਛ ਨਹੀਂ ਸੀ ਤੁਹਾਨੂੰ ਇੱਥੇ ਪਤਾ ਹੀ ਨਹੀਂ ਸੀ ਲੱਗਦਾ ਇੰਨਾ ਸੋਹਣੀ ਇਮਾਰਤ ਮਤਲਬ ਇੰਨਾ ਸੋਹਣਾ ਬਣ ਜੂ ਸਾਰਾ ਕੰਮ ਸੱਤ ਸੁੱਤ ਲਾ ਕੇ ਹੁਣ ਤੁਸੀਂ ਦੇਖ ਲਓ ਐਨ ਸਿਰੇ ਲਾਇਆ ਪਿਆ ਜਮਾਂ ਕੰਮ ਬਾਈ ਨੇ ਬਹੁਤ ਛੇਤੀ ਮਿਸਤਰੀ ਨੇ ਜਿੰਨੇ ਟਾਈਮ 'ਚ ਕਿਹਾ ਸੀਗਾ ਵੀ ਐਂ ਕਰਕੇ ਤੁਹਾਡਾ ਇੰਨੇ ਟਾਈਮ ਦੇ ਵਿੱਚ ਟਾਈਮ ਲਿਮਿਟ ਦਿੱਤੀ ਸੀ ਟਾਈਮ ਵੀ ਇੰਨੇ 'ਚ ਤੁਹਾਡਾ ਕੰਮ ਹੋਜੂ ਅਤੇ ਉਹ ਉਹੀ ਟਾਈਮ 'ਤੇ ਬਾਈ ਕੰਮ ਕਰਕੇ ਗਏ ਆ ਮਤਲਬ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਇੱਕ ਕਹਿੰਦੇ ਆਪਾਂ ਮਿਸਤਰੀ ਲਾਰੇ ਲਾਉਂਦੇ ਆ ਵੀ ਲੋਕਾਂ ਦਾ ਹੁੰਦਾ ਆਪਣਾ ਘਰੋਂ ਕੱਢਣੇ ਔਖੇ ਆ ਅਤੇ ਜਿਵੇਂ ਬਾਈ ਆਪਾਂ ਕਹਿ ਦਿੰਦੇ ਆਪਣੇ ਪੰਜਾਬੀ ਕਹਿੰਦੇ ਹੁੰਦੇ ਹੈਗੇ ਵੀ ਜਦੋਂ ਮਿਸਤਰੀ ਕੇਰਾਂ ਘਰੇ ਵੜ ਜਾਣ ਤਾਂ ਕੱਢਣੇ ਔਖੇ ਹੋ ਜਾਂਦੇ ਹੈਗੇ ਅਤੇ ਮਿਸਤਰੀ ਸੱਦਣਾ ਵੀ ਔਖਾ ਅਤੇ ਮਿਸਤਰੀ ਕੱਢਣਾ ਵੀ ਔਖਾ ਇਹ ਆਪਾਂ ਬਹੁਤ ਗੱਲਾਂ ਤੁਹਾਨੂੰ ਮਿਲੀਆਂ ਪਰ ਇਹੋ ਜਿਹੀ ਕੋਈ ਸ਼ਿਕਾਇਤ ਨਹੀਂ ਆਈ ਵੀਰ ਕਹਿੰਦਾ ਜਿੰਨੇ ਟਾਈਮ 'ਤੇ ਆਪਾਂ ਕਹੇ ਸੀ ਵੀ ਆ ਜਾਓ ਉਨੇ ਟਾਈਮ 'ਤੇ ਆਏ ਆ ਜਿੰਨੇ ਟਾਈਮ 'ਤੇ ਕਿਹਾ ਸੀ ਵੀ ਵਗ ਜਾਓ ਉਹੀ ਟਾਈਮ 'ਤੇ ਗਏ ਆ ਬਾਕੀ ਤੁਹਾਨੂੰ ਮਿਸਤਰੀ ਦੇ ਇੰਟਰਵਿਊ ਕਰਾਈ ਦਿੱਤੀ ਸੀਗੀ ਅਤੇ ਇੱਧਰ ਪਿੱਛੇ ਕਹਿੰਦਾ ਬਾਈ ਦਾ ਮਕਾਨ ਬਾਈ ਜਿਹਦੇ ਇੱਧਰ ਮਕਾਨ ਉਹ ਪਿੱਛੇ ਮਕਾਨ ਉੱਧਰ ਹਾਂ ਇੱਧਰ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਸਟੱਡ ਫਾਰਮ ਬਣਾ ਦੇਣਾ ਬਾਈ ਕਹਿੰਦਾ ਸੀਗਾ ਵੀ ਕੁਛ ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਦੀ ਬਰੀਡ ਤਿਆਰ ਕਰੀਏ ਅਤੇ ਹਲੇ ਤਾਂ ਮਤਲਬ ਬਾਈ ਕਹਿੰਦਾ ਕਿਹੜਾ ਇੱਧਰ ਕੰਮ ਸੈੱਟ ਹੋ ਗਿਆ ਜਦੋਂ ਫਿਰ ਜਾ ਕੇ ਉੱਧਰ ਕਰਾਂਗੇ ਅੱਧ ਪਹੁੰਚਾਤੀ ਆ ਬਾਈ ਕਹਿੰਦਾ ਫਿਰ ਕਰਨ ਦਾ ਸਵਾਦ ਵੀ ਨਹੀਂ ਆਉਂਦਾ ਇਹਦਾ ਆਪਾਂ ਨੂੰ ਹੁਣ ਖੁਦ ਨੂੰ ਹੀ ਗੱਲ ਪਤਾ ਅਤੇ ਆ ਜਾਓ ਇੱਧਰ ਕਾਲਾ ਰੰਗ ਕਹਿੰਦਾ ਵਾਈਟ ਐਂਡ ਬਲੈਕ ਉਹ ਗੱਲ ਹੋਈ ਪਈ ਆ ਕਿ ਨਹੀਂ ਵਾਈਟ ਅਤੇ ਬਲੈਕ ਦਾ ਕੋਂਬੀਨੇਸ਼ਨ ਦੇ ਵਿੱਚ ਕਹਿੰਦੇ ਅਮਰੀਕਨ ਗਾਂ ਕਿੰਨੀ ਘੈਂਟ ਲੱਗਦੀ ਹੈ ਘੋੜੇ ਵੀ ਵੀਰ ਕਹਿੰਦਾ ਅਸੀਂ ਛੱਡਿਆ ਕਰਨੇ ਹੈ ਦੇਖੋ ਤੁਸੀਂ ਦੇਖੋ ਬਾਈ ਕਿੰਨੀਆਂ ਸੋਹਣੀਆਂ ਲੱਗਦੀਆਂ ਭੱਜਦੀਆਂ ਫਿਰਦੀਆਂ ਡੱਬ ਖੜੱਬਾ ਚਿੱਟਾ ਕਾਲਾ ਰੰਗ ਕਹਿੰਦਾ ਵਾਈਟ ਐਂਡ ਬਲੈਕ ਉਹ ਗੱਲ ਹੋਈ ਪਈ ਆ ਕਿ ਨਹੀਂ ਵਾਈਟ ਅਤੇ ਬਲੈਕ ਦਾ ਕੋਂਬੀਨੇਸ਼ਨ ਦੇ ਵਿੱਚ ਕਹਿੰਦੇ ਅਮਰੀਕਨ ਗਾਂ ਕਿੰਨੀ ਘੈਂਟ ਲੱਗਦੀ ਹੈ ਘੋੜੇ ਵੀ ਵੀਰ ਕਹਿੰਦਾ ਅਸੀਂ ਛੱਡਿਆ ਕਰਨੇ ਹੈ ਦੇਖੋ ਤੁਸੀਂ ਚੱਲ ਜਗਦੇਵ ਬਾਈ ਇੱਕ ਮਿੰਟ ਉਰੇ ਆਈ ਯਾਰ ਇੱਕ ਚੀਜ਼ ਰਹਿ ਗਈ ਪੁੱਛਣ ਵਾਲੀ ਆਹ ਜਿਹੜਾ ਇੱਧਰ ਢੋਲ ਜਿਹਾ ਰੱਖੀ ਬੈਠਾ ਇਹ ਕੀ ਆ ਗਿਆ ਸਪਰੇਅ ਜੀ ਵਾਲੇ ਨੂੰ ਸਪਰੇਅ ਵਾਲਾ ਨਹੀਂ ਹੈਗਾ ਇਹ ਹੋਰ ਇਹ ਜੋ ਤੁਸੀਂ ਆਏ ਸੀਗੇ ਹਾਂਜੀ ਮੈਂ ਕੀ ਕਰੀ ਜਾਂਦੇ ਸਗੋਂ ਅੱਛਾ ਹਾਂ ਠੀਕ ਹੈ ਟੀਕਾ ਮਤਲਬ ਭਰ ਰਹੀ ਸੀ ਮੈਂ ਗਾ ਦੇ ਆਈ ਕਰਕੇ ਹਦੇ ਟੀਕਾ ਭਰ ਕੇ ਦੇ ਸੀ ਏ ਆਈ ਠੀਕ ਹੈ ਇਹਦੇ ਵਿੱਚ ਟੀਕੇ ਹੁੰਦੇ ਆ ਠੀਕ ਹੈ ਬਾਈ ਸੀਮਣ ਹੁੰਦੇ ਸੀਮਣ ਆਪਾਂ ਕਹਿ ਦਿੰਦੇ ਆ ਹਾਂਜੀ ਹਾਂਜੀ ਇਹਨੂੰ ਖੋਲ ਕੇ ਦਿਖਾ ਦਿੰਦਾ ਇੱਕ ਤੈਨੂੰ ਹੋਰ ਦੱਸ ਦਿੰਦਾ ਬਾਈ ਨੌਲੇਜ ਵਾਲੀ ਗੱਲ ਹਾਂਜੀ ਜਿਹੜੇ ਇਹ ਆ ਇਹ ਆਪਣਾ ਢੋਲ ਆ ਇਹ ਕੰਟੇਨਰ ਇਹ ਆਪਾਂ ਬੇਰਕਾ ਤੋਂ ਲਿੱਤਾ ਠੀਕ ਹੈ ਜੀ ਠੀਕ ਹੈ ਵੈਸੇ ਤਾਂ ਇਹ ਕੋਈ 32,000 ਦਾ ਕੋਈ 35,000 ਦਾ ਐਂਡਰੋਇਡ ਕੰਪਨੀਆਂ ਦਿੰਦੀਆਂ ਠੀਕ ਹੈ ਬਾਈ ਠੀਕ ਹੈ ਕੰਪਨੀ ਪੜ੍ਹ ਦੇਵੇ ਤਾਂ ਕਿਹੜੀ ਲਿਖੀ ਵੀ ਆ ਇਹ ਬਾਰ ਆਪਾਂ ਬੇਰਕਾ ਤੋਂ ਲਿੱਤਾ ਆਪਾਂ ਨੂੰ 16,000 ਦਾ ਹੀ ਪਿਆ ਗਿਆ ਸਬਸਿਡੀ ਤੇ ਠੀਕ ਹੈ ਬਾਈ ਜਿਹੜਾ ਬੇਰਕਾ ਨੂੰ ਦੁੱਧ ਪਾਉਂਦਾ ਉਹਨੂੰ ਬੇਰਕਾ ਸਬਸਿਡੀ ਤੇ ਚੀਜ਼ ਦਿੰਦੀ ਆ ਹਰੇਕ ਚੀਜ਼ ਮਤਲਬ ਇਹਦੇ ਵਿੱਚ ਜਿਵੇਂ ਆ ਦੇਖ ਗੈਸ ਹੁੰਦੀ ਆ ਦੇਖਾ ਠੀਕ ਹੈ ਇਹਦੇ ਵਿੱਚ ਦੇਖ ਸਕਦੇ ਹੋ ਬਾਈ ਤੁਸੀਂ ਜਿਵੇਂ ਆ ਦੇਖ ਇਹਦੇ ਵਿੱਚ ਟੀਕੇ ਪਏ ਨੇ ਤੁਹਾਡਾ ਆ ਟੀਕੇ ਪਏ ਹੈਗੇ ਜਿਵੇਂ ਸਾਰੇ ਤੁਹਾਡਾ ਜਿਵੇਂ ਆਪਾਂ ਬਾਈ ਸੀਮਣ ਕਹਿੰਦਾ ਸੀ ਹਾਂ ਆ ਦੇਖੋ ਆ ਟੀਕਿਆਂ ਦਾ ਹੀ ਭਰਿਆ ਪਿਆ ਆਪਣੇ ਸਾਰੇ ਬਾਹਰਲੇ ਇੱਕ ਟੀਕੇ ਨੇ ਆਪਣੇ ਠੀਕ ਹੈ ਬਾਈ ਬਾਈ ਫਿਰ ਇਹਦੇ ਚ ਕਿਉਂ ਰੱਖੇ ਆ ਮਤਲਬ ਵੀ ਬਈ ਇਹ ਚ ਗੈਸ ਹੁੰਦੀ ਆ ਖਰਾਬ ਨਹੀਂ ਹੁੰਦੇ
छोटा भी होंगे महीना गैस पाने की लड़ नहीं है। बेरगन दुध पाउन लग जाओ। हां बेरगन दुध पाओ, असीं भी पाउने आ ते तुसीं फैट एसएनएफ लाउणा। फैट एसएनएफ जिहदे घरों दुध लैण आउंदे बेरक वाले, ठीक है, फैट एसएनएफ लगाए बिना दुध उहनां नूं चुकाउणा नहीं। बटैरोमीटर ते ला के ओहदी फैंट तेजाब जिन्ना पाउणा करना सिख लो सारी। जे किसे नूं नहीं पता जिहदे उप्पर गल बेचा एसएनएफ हुंदी आ जिहदे ते हिसाब नाल रेट मिलदा गा। फैंट हुंदी आ फैंट दा रेट अड्ड हुंदा, एसएनएफ वधिया हुंदी थोड़ा होर रेट हुंदा गा। इह फार्मूला हुंदा इक, सब तों पहला लगदा लैक्टो दे विच छिट्टिया जांदा, ओह पता लगदा 25 आ जां 26 आ जां 27 आ, ठीक है, 28 वी आ जांदा 27 लगदा, 26 27 28 इत्थे हुंदा गा, ठीक है वीरे, ठीक है ना। ओदू बाद ओदे विच लगदा टैंपरेचर, टैंपरेचर दा फार्मूला हुंदा वी जिन्ना टैंपरेचर हैगा दा फारेनहाइट सेल्सियस ला लेंदे आपां डिग्री आ जांदे। ओ जो जी जड्ड हो गईयां, हांजी, ओदू बाद लगो पहला फिक ला के रखो फैंट, जिन्नी थोड़ी फैंट आ गई, हांजी, सब तों पहला लिखी जाऊ थोड़ी मतलब वी ओ किन्नी आपणे लैक्टो ला के ग्रेविटी, किन्ने उहनूं ग्रेविटी कहिंदे ने। अच्छा, फिर ओहदे नाल जोड़ करके थोड़ा लगूगा जिन्ना थोड़ा टैंपरेचर आया ओहदा फार्मूला की आ। जे थोड़ा 26 जां 27 आया ओहदा फार्मूले दा किन्ना लगदा टैंपरेचर, जां 20 आउंदा 22 21 जिन्ना भी आउंदा ओहदा फार्मूला, फिर ओहनूं जोड़ ओहनूं फिर बंडो करया जांदा बराबर करके, ठीक है ना। फिर जोड़ पॉइंट 29 लगदा गा। अच्छा अच्छा, फिर जोड़ लागे 29 ते बंडो 4 तां लगदा ही लगदा हरेक च। वाह कम होआ बई, वी आपां बंदे नूं स्टडी करनी पैंदी आ स्टडी। हां बई इहदी गैस कित्थों पाउणे होंदे ओहदी विच हैगी, ओह तां फैंट जोड़ के ओहदे विच एसएनएफ निकलदी आ। अच्छा ठीक है, आपदी ना घट वध अफसर नूं शिकायत कर दिओ पर आपदी एसएनएफ फैंट घट ना लिखो, ठीक है। हाँ भी विच मेरे काले भी अफसर देख लैंदे गुस्सा करदे तो इह गल दसदी ना ना, पर नहीं मैं कहना फार्मर इन्नी मेहनत करके बाहरों छड्ड के देश इत्थे लग रहा, ठीक है, पर नहीं आदि मुल पूरा लेना सारे दिन गोहे च गोहे होना पशु दा पैर धरदे। सही है भाई, ओहदा गल हैगी, ठीक है ना भी। हाँ मैं चाहना भी हरेक नूं मुल पूरा मिले, कंटेनर जरूर लवो उदों लवो जे तुसीं कम सिख चले, ट्रेनिंग करके आओ। ट्रेनिंगां बारे मैं तो पुछ लो सलदूरगढ़ दा, कोई सलदूरगढ़ एरिया बठिंडा नूं लगदा एक गल गिल कलां कराउंदे आ, मोगे च पैंदा एक, लुधियाने भी गिल कलां, रोपड़ भी कराउंदे ने, ठीक है। तुहानूं इक मतलब हैड आफिस दा नंबर दे देंगे असीं। ट्रेनिंग बारे पुछना, एक महीने की ट्रेनिंग होंगी जो तुम 15 दिन की करनी है, डेयरी डिपार्टमेंट की महीने वाली कर लो, ठीक है, ठीक है। ओहदे विच भी सिखा देंगे। हाँ उस डॉक्टर कोई महीना दो महीने जरूर लो, ये हाथ पाना सीख लो, ठीक है। भाई मैं ऐ पुछदा सीगा वी इह च गैस कित्थों पवाई है, इह बेरकाले फ्री पा के जाणगे हर महीने, ठीक है, हर महीने फ्री पौगी न्यू थोड़ी बार मैं मुल तुहानूं महंगी पैंदी आ। बेरकां नूं दुध पाओ, बहुत वधिया कंपनी अपनी सरकारी मार्क फैड आ, ठीक है, हर चीज़ दी उत्थों मिल सुरके ओह लैणा होर लैणा सारी चीज़ां तुहानूं सस्तियां मिलदियां, ठीक है। हाँ जी हाँ जी, ਅਤੇ ਬਾਈ ਜਿਵੇਂ ਕਿ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਾਈ, ਜਿਵੇਂ ਕਿ ਜਿਹਦੇ ਤੁਹਾਨੂੰ ਵੀ ਪਤਾ ਹੀ ਆ ਬਾਈ, ਅਤੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ, ਜਿਹਨੇ ਇੰਨਾ ਜ਼ਿਆਦਾ ਹੋ ਵੱਧ ਤੋਂ ਵੱਧ ਸ਼ੇਅਰ ਕਰੋ ਆਹ ਵੀਡੀਓ ਨੂੰ, ਵੱਧ ਤੋਂ ਵੱਧ ਦੇਖ ਲਓ ਤੁਸੀਂ, ਕੋਈ ਜ਼ਰੂਰੀ ਨਹੀਂ ਅਸੀਂ ਵੀ ਕੋਈ ਮਤਲਬ ਇਹਨੂੰ ਜਾਂ ਫੇਮ ਕਰਨ ਦੇ ਲਈ ਜਾਂ ਕੋਈ ਹੋਰ ਵੀਡੀਓ ਬਣਾਉਂਦੇ ਹਾਂ, ਮੈਂ ਇਹਨੂੰ ਸਪੈਸ਼ਲੀ ਇਸੇ ਵੀ ਨੌਲੇਜ ਬਾਰੇ, ਨੌਲੇਜ ਦੀ ਹਾਸੀ ਮਜ਼ਾਕ ਵਾਲੇ ਵੀ ਕਰਦਾ, ਨੌਲੇਜ ਵਾਲੇ ਵੀਡੀਓ ਵੀ ਹੁਣ ਅਪਲੋਡ ਕਰਦਾ ਰਹੂੰਗਾ। ਹਾਂਜੀ ਬਾਈ, ਠੀਕ ਹੈ ਨਾ, ਵੱਧ ਤੋਂ ਵੱਧ ਮੇਰੇ ਜਿਹਨੇ ਕਿ ਨਕਸ਼ਾ ਲੈਣਾ ਜਾਣਾ ਜਾਂ ਕੋਈ ਜਾਣਕਾਰੀ ਲੈਣੀ ਆ ਬਾਈ ਜ਼ਰੂਰ ਆਇਓ, ਠੀਕ ਹੈ ਨਾ। ਅਤੇ ਦੂਜਾ ਨੰਬਰ ਬਸ ਜਦੋਂ ਤੁਸੀਂ ਫਾਰਮ ਸਟਾਰਟ ਕਰ ਲਿਆ ਕੋਈ ਵੀ ਹਰੇਕ ਦੀ ਐਂਟਰੀ ਕਰਨ ਤੋਂ, ਕਿਉਂਕਿ ਹਰੇਕ ਨੂੰ ਕੋਈ ਇਫੈਕਸ਼ਨ ਹੁੰਦਾ ਕੋਈ ਕੁਛ ਹੁੰਦਾ, ਬਿਮਾਰੀ ਸੌ ਬਿਮਾਰੀ ਹੁੰਦੀ ਆ, ਸਭ ਤੋਂ ਪਹਿਲਾਂ ਬਿਮਾਰੀ ਤੋਂ ਤੁਸੀਂ ਧਿਆਨ ਰੱਖਣਾ ਆਪਦੇ ਫਾਰਮ ਦੇ ਵਿੱਚ, ਜਦੋਂ ਬਿਮਾਰੀ ਵੱਢ ਗਈ ਉਹਨੂੰ ਕੰਟਰੋਲ ਕਰਨਾ ਬਹੁਤ ਜਿਵੇਂ ਆਪਣੇ ਉਦੋਂ ਬਾਈ ਹੋਇਆ ਸੀਗਾ। ਹਾਂ ਓਲੰਪਿਕ ਸਕਿੱਲ ਵੇਲੇ ਜਿਹੜੇ ਮੁੰਡੇ ਦੇ ਕਾਂ ਤੇ ਉਹਨੂੰ ਦੱਸਿਆ ਨਹੀਂ ਮੇਰੇ ਕੋਲ ਆਇਆ ਸੀਗਾ, ਠੀਕ ਹੈ ਜੀ, ਠੀਕ ਆ ਨਾ, ਤੇ ਉਹ ਹੁੰਦਾ ਸਿਸਟਮ ਰੁਝ ਗਿਆ ਸੀਗਾ, ਠੀਕ ਹੈ ਬਾਈ। ਹਾਂਜੀ ਉਹ ਗਲਤ ਗੱਲ ਹੀ ਆ ਬਾਈ, ਫਿਰ ਯਾਰ ਐਵੇਂ ਕਿਹੜਾ ਨੁਕਸਾਨ ਕਰਾਇਆ ਕਿ ਨਹੀਂ, ਆਪਣਾ ਤਾਂ ਫੇਰ ਚੱਲ ਪਿਆ ਕੰਮ ਚੱਲ ਚੱਲ ਪਿਆ। ਹਾਂ ਉਹਦਾ ਗੱਲ ਹੈਗੀ ਆ ਬਾਈ, ਠੀਕ ਆ ਨਾ ਉਹ ਬਾਈ ਗੱਲ ਐ ਆ, ਇੱਕ ਰਾਤ ਇੱਕ ਮਿੰਟ ਬਾਈ ਥੋੜੀ ਗੱਲ ਵਿੱਚ ਆ, ਦੱਸੋ ਦੱਸੋ ਤੁਹਾਨੂੰ ਐਚਐਫ ਤਾਂ ਕਾਮਯਾਬ ਕਰੂਗੀ ਜੇ ਤੁਸੀਂ ਆ ਬਾਬੇ ਬੂਬਿਆਂ ਦੀ ਲੱਸੀ ਨਹੀਂ ਪਾਉਣੀ, ਕੁੜੀਆਂ ਕੀ ਕਰਦੀਆਂ
ਗਾਂ ਸੂਬੀ ਹਾਂਜੀ ਗਾਂ ਇਹਦੇ ਵਿੱਚ 5-7 ਲੀਟਰ ਵਾਲੀ ਹੁੰਦੀ ਆ ਘਰੇ ਆਪਣੇ ਕੋਲੇ ਹਾਂਜੀ ਬਈ ਰੇਟ ਰਾਠੀ ਦੀ ਹੁੰਦੀ ਆ ਕੋਈ ਆਹ ਸ਼ਾਹੀਵਾਲ ਹੁੰਦੀ ਆ ਹਾਂਜੀ ਉਹਦੇ ਮਾਤਾ ਕਹਿੰਦੇ ਆਪਣਾ ਨਾ ਪਹਿਲਾਂ ਦੁੱਧ ਕਿਸੇ ਨੂੰ ਪਿਆਉਣਾ ਨਹੀਂ ਬਾਬੇ ਦੀ ਲੱਸੀ ਪਾਉਣ ਜਾਵਾਂਗੇ ਅੱਛਾ ਅੱਛਾ ਤੁਹਾਨੂੰ ਦੱਸਦਾ ਨਾ ਕਿਸੇ ਬਾਬੇ ਨੇ ਤੁਹਾਡਾ ਦੁੱਧ ਨਹੀਂ ਵਧਾਉਣਾ ਕਹਿੰਦਾ ਲੱਖ ਲੱਸੀਆਂ ਪਾਲਿਓ ਗੋਰਿਆਂ ਵਾਲੀ ਨਸਲ ਰੱਖੋਗੇ ਐਚ ਐਫ ਗਾਂ ਤਾਂ ਤੁਸੀਂ ਕਾਮਯਾਬ ਹੋਵੋਗੇ ਨਹੀਂ ਤੁਸੀਂ ਫੇਲ ਹੋਵੋਗੇ ਗੋਰਿਆਂ ਵਾਲੀ ਰੱਖਣੀ ਪਊ ਬਈ ਇਕੱਲੇ ਨਸਲ ਨਹੀਂ ਰੱਖਣੀ ਕੰਮ ਗੋਰਿਆਂ ਵਾਲਾ ਕਰੋ ਪਰ ਗੋਰਿਆਂ ਦੇਸ਼ ਚ ਨਾ ਜਾਓ ਹਾਂ ਇੱਥੇ ਰਹਿ ਕੇ ਕਰੋ ਐਚ ਐਫ ਇਹ ਗੋਰਿਆਂ ਦੀ ਦੇਸ਼ ਦੀ ਗਾਂ ਗੀ ਇਹ ਕਾਮਯਾਬ ਫੇਰ ਹੋਵੋਗੇ ਜੇ ਕੰਮ ਚਲਾਓਗੇ ਨੋਟ ਕਰ ਲਓ ਭਰਾ ਬਸ ਇਹੀ ਬੇਨਤੀ ਕਰਦਾ ਹੁਣ ਬਹੁਤ ਬਹੁਤ ਧੰਨਵਾਦ ਬਾਕੀ ਬਈ ਗੱਲ ਮੈਂ ਕਰਦਾ ਜਗਦੇਵ ਵੀ ਜਿਹੜੇ ਕਹਿੰਦੇ ਆਪਾਂ ਵਿਊਆਂ ਦੀ ਬਈ ਵਿਊਆਂ ਦੀ ਗੱਲ ਆਉਂਦੀ ਆ ਵੀ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਆ ਹਾਂ ਮੋਟੀਵੇਸ਼ਨ ਮਿਲਦੀ ਆ ਵਿੱਚ ਵੀਡੀਓ ਬਣਾਈ ਆਪਾਂ ਜ਼ਰੂਰ ਕਰਿਆ ਕਰੋ ਕਮੈਂਟ ਦੇ ਵਿੱਚ ਸਾਨੂੰ ਪਤਾ ਲੱਗਦਾ ਰਹਿੰਦਾ ਕਿਹਨੇ ਉਹਨੇ ਕਮੈਂਟ ਅਸੀਂ ਪੜ੍ਹ ਕੇ ਮੋਟੇ ਮੋਟੇ ਕਮੈਂਟ ਪੜ੍ਹੇ ਆ ਜੇ ਕਹਿੰਦਾ ਨਹੀਂ ਪੜ੍ਹਿਆ ਗਿਆ ਭਰਾ ਸੌਰੀ ਅਸੀਂ ਅਗਲੀ ਵਾਰ ਸਾਰਿਆਂ ਦੇ ਕਮੈਂਟ 10 ਮਿੰਟ ਤੁਹਾਡੇ ਤੇ ਟਾਰਗੇਟ ਦੇ ਦੇਣਾ ਵੀ 100 ਕਮੈਂਟ ਕਰਨਾ 100 ਕਮੈਂਟ ਕਰ ਦਿਓ ਇਕੱਲੇ ਇਕੱਲੇ ਦਾ ਪੜਾਂਗੇ ਇਕੱਲੇ ਇਕੱਲੇ ਦਾ ਨਾਲੇ ਐਤਕੀ ਵੀ ਭਾਈ ਜਵਾਬ ਦਿੱਤੇ ਆ ਤੇ ਜਵਾਬ ਅਗਲੀ ਵਾਰ ਵੀ ਦੇਵਾਂਗੇ ਇਕੱਲੀ ਇਕੱਲੀ ਚੀਜ਼ ਦੀ ਨੌਲੇਜ ਦੇਵਾਂਗੇ ਬਸ ਠੀਕ ਹੈ ਜੇ ਕਿਤੇ ਜਵਾਬ ਰਹਿ ਗਿਆ ਹੋਵੇ ਭਰਾ ਜ਼ਰੂਰ ਮੈਨੂੰ ਮੈਸੇਜ ਕਰ ਦਿਓ ਪਹਿਲੀ ਵੀਡੀਓ ਤੋਂ ਬਾਈ ਉੱਤੇ ਜਾਣੀ ਚਾਹੀਦੀ ਹੈ ਹਾਂ ਬਾਕੀ ਇੱਥੋਂ ਤੋਂ ਭਰਾ ਇਹ ਬਸ ਸਾਨੂੰ ਮੋਟੀਵੇਸ਼ਨ ਮਿਲੂਗਾ ਯਾਰ ਵੀ ਤੁਸੀਂ ਸਾਡਾ ਕਦਰ ਪਾ ਰਹੇ ਹੋ ਸਾਡੇ ਕੰਮ ਦੀ ਇੰਨੀ ਗੱਲ ਹੁੰਦੀ ਆ ਹੋਰ ਕੋਈ ਚੱਕਰ ਨਹੀਂ ਹੁੰਦਾ ਬਾਈ ਹਾਂਜੀ ਹਾਂਜੀ ਬਸ ਇਹੀ ਤੁਹਾਨੂੰ ਕਹਿਣਾ ਸੀਗਾ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ